ਦੈਨਿਕ ਸਵੇਰਾ ਟੀਵੀ ਤੇ ਤੁਸੀਂ ਦੇਖ ਰਹੇ ਹੋ ਐਕਸਕਲੂਸਿਵ ਕਵਰੇਜ ਕਪਿਲ ਤੇ ਗਿੰਨੀ ਦੀ ਰਿਸੈਪਸ਼ਨ ਪਾਰਟੀ ਜੋ ਕਿ ਹੋ ਰਹੀ ਹੈ ਰੈਡੀਸਨ ਬਲੂ ਅੰਮ੍ਰਿਤਸਰ ਦੇ ਵਿੱਚ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹਨਾਂ ਨੇ ਸੈਟਅਪ ਲਗਾਇਆ ਸੀਗਾ ਵਿਆਹ ਦੇ ਵਿੱਚ, ਜੋ ਕਿ ਬਾਰਕੋਡ ਦੀ ਸਕੈਨਿੰਗ ਸੀਗੀ, ਉਹ ਸਾਰੀ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਸੇਮ ਉਹੀ ਬਾਰਕੋਡ ਸਕੈਨਿੰਗ ਜਿਹੜੀ ਹੈ ਉਹ ਇੱਥੇ ਵੀ ਲਗਾਈ ਗਈ ਹੈ। ਸਿਕਿਉਰਿਟੀ ਦੇ ਚੈਕਿੰਗ ਦੇ ਲਈ ਉੱਥੇ ਪਾਸ ਰੂਲਸ, ਸਿਕਿਉਰਿਟੀ ਪਾਸ ਰੂਲਸ ਵੀ ਲਗਾਏ ਗਏ ਨੇ, ਅਤੇ ਉਹੀ ਰੂਲਸ ਜਿਹੜੇ ਸੀਗੇ ਜਿਹੜੇ ਪਹਿਲਾਂ ਵੀ ਰੂਲਸ ਬਣਾਏ ਗਏ ਸੀ ਕਿ ਮੋਬਾਈਲ ਯੂਸੇਜ ਜਿਹੜੀ ਹੈਗੀ ਹੈ ਉਹ ਇੱਥੇ ਨਹੀਂ ਜਿਹੜੀ ਹੈ ਅਲਾਓ ਕੀਤੀ ਜਾਏਗੀ, ਰੀਫਰੇਨ ਕੀਤੀ ਜਾਏਗੀ ਮੋਬਾਈਲ ਯੂਸੇਜ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਡੈਕੋਰੇਸ਼ਨ ਜਿਹੜਾ ਕੀਤੀ ਗਈ ਹੈ ਗੇਟ ਦੀ, ਜਿਹਦੇ ਵਿੱਚ ਤੁਸੀਂ ਮੈਂ ਦਰਖਾਸਤ ਕਰੂੰਗਾ ਆਪਣੇ ਕੈਮਰਾ ਪਰਸਨ ਨੂੰ ਕਿ ਪਲੀਜ਼ ਤੁਹਾਨੂੰ ਦਿਖਾਉਣ ਜਿਹੜੀ ਡੈਕੋਰੇਸ਼ਨ ਹੋ ਰਹੀ ਹੈ ਇਸ ਵੇਲੇ। ਬਹੁਤ ਹੀ ਪਿਆਰਾ ਵਾਈਟ ਫਲਾਵਰਸ ਦਾ ਜਿਹੜਾ ਡੈਕੋਰ ਬਣਾਇਆ ਗਿਆ ਦੇ ਅੰਦਰ ਬਹੁਤ ਹੀ ਸੋਹਣਾ ਇੱਕ ਸ਼ਾਮੀਆਨਾ ਜਿਹੜਾ ਸਜਾਇਆ ਗਿਆ ਹੈ ਕਪਿਲ ਸ਼ਰਮਾ ਦੇ ਗਿਨੀ ਦੀ ਰਿਸੈਪਸ਼ਨ ਪਾਰਟੀ ਦੇ ਲਈ। ਸੈਂਟਰ ਵਾਕ ਥਰੂ ਬਣਾਇਆ ਗਿਆ ਹੈ ਇਸ, ਮੈਂ ਦਰਖਾਸਤ ਕਰਾਂਗਾ ਸਾਡੇ ਕੈਮਰਾ ਪਰਸਨ ਨੂੰ ਕਿ ਦਿਖਾਉਣ, ਜਿੱਦਾਂ ਜਲੰਧਰ ਦੇ ਵਿੱਚ ਵੀ ਇੱਥੇ ਬਾਰਕੋਡ ਸਕੈਨਿੰਗ ਚੱਲਦੀ ਪਈ ਸੀ, ਉਹੀ ਸੇਮ ਬਾਰਕੋਡ ਸਕੈਨਿੰਗ ਦਾ ਜਿਹੜਾ ਜ਼ੋਨ ਹੈ ਉਹ ਇੱਥੇ ਬਣਾਇਆ ਗਿਆ ਹੈ, ਉਹੀ ਸਿਕਿਉਰਿਟੀ ਦਾ ਪ੍ਰੋਪਰ ਖਿਆਲ ਰੱਖਿਆ ਗਿਆ ਹੈ। ਕਪਿਲ ਸ਼ਰਮਾ ਦੇ ਗਿਨੀ ਦੀ ਰਿਸੈਪਸ਼ਨ ਪਾਰਟੀ 'ਤੇ ਵੀ ਸੇਮ ਉਸੇ ਤਰੀਕੇ ਨਾਲ ਸਿਕਿਉਰਿਟੀ ਟਾਈਟ ਜਿਹੜੀ ਹੈ ਰੱਖੀ ਗਈ ਹੈ। ਸਿਕਿਉਰਿਟੀ ਦੇ ਸਿਕਿਉਰਿਟੀ ਦੇ ਜਿਹੜੇ ਲੋਕ ਨੇ ਉੱਥੇ ਖੜ੍ਹੇ ਨੇ ਇਸ ਵੇਲੇ ਸਾਰਿਆਂ ਨੂੰ ਚੈੱਕ ਕਰਨ ਦੇ ਲਈ, ਸਾਰੇ ਵਧੀਆ ਤਰੀਕੇ ਨਾਲ ਐਂਟਰੀ ਕਰਨ ਲਈ। ਜਿੰਨੇ ਵੀ ਸਟਾਰਸ ਜਾਂ ਜਿੰਨੇ ਵੀ ਲੋਕ ਇੱਥੇ ਆਉਣਗੇ ਉਹ ਸਾਰੇ ਜਿਹੜੇ ਹੈ ਉਹਨਾਂ ਨੂੰ ਚੈੱਕ ਉਹਨਾਂ ਦੀ ਐਂਟਰੀ ਇਹ ਲੋਕ ਕਰਵਾਉਣਗੇ। ਪਿੱਛੇ ਤੁਸੀਂ ਮੇਰੇ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਹੋਰ ਵੀ ਸਿਕਿਉਰਿਟੀ ਏਜੰਟਸ ਨੇ ਉਹਨਾਂ ਦੀ ਬਰੀਫਿੰਗ ਜਿਹੜੀ ਹੈ ਉਹਨਾਂ ਦੇ ਸਿਕਿਉਰਿਟੀ ਇੰਚਾਰਜ ਸਾਹਿਬ ਕਰਦੇ ਪਏ ਨੇ। ਸਾਰੀ ਗੱਡੀਆਂ ਜਿਹੜੀਆਂ ਨੇ ਇਨਸਿਕਿਉਰਿਟੀ ਵਾਲਿਆਂ ਦੀਆਂ ਇੱਥੇ ਲੱਗ ਚੁੱਕੀਆਂ ਨੇ, ਤਾਂ ਕਿ ਕਿਸੇ ਵੀ ਜੋ ਵੀ ਸੈਲੀਬ੍ਰਿਟੀ ਚਾਹੇ ਉਹ ਬੰਬੇ ਤੋਂ ਆ ਰਹੇ ਚਾਹੇ ਉਹ ਪੰਜਾਬ ਤੋਂ ਆ ਰਹੇ ਨੇ, ਕਿਸੇ ਨੂੰ ਵੀ ਕਿਸੇ ਤਰੀਕੇ ਦੀ ਦਿੱਕਤ ਜਿਹੜੀ ਹੈ ਕਪਿਲ ਸ਼ਰਮਾ ਦੇ ਗਿਨੀ ਦੇ ਰਿਸੈਪਸ਼ਨ ਨੂੰ ਅਟੈਂਡ ਕਰਦਿਆਂ ਨਾ ਆਵੇ। ਕੈਮਰਾ ਪਰਸਨ ਪਵਨ ਕਨੌਜੀਆ ਦੇ ਨਾਲ ਮੈਂ ਸਾਹਿਨ ਅਰੋੜਾ, ਦੈਨਿਕ ਸਵੇਰਾ ਟੀਵੀ ਦੇ ਲਈ।